ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ ਸ매 డాక్టర్ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਹਾਂ ਕਿਸਾਨ ਵੀਰੋ ਆਪਾਂ ਜਿਹੜੇ ਹੈਗੇ ਨਾਲ ਦੀ ਨਾਲ ਆਉਣ ਵਾਲੇ ਸੀਜ਼ਨ ਬਾਰੇ ਨੁਕਤੇ ਸਾਂਝੇ ਕਰਦੇ ਨੇ ਤਾਂ ਕਿ ਕਿਸਾਨ ਵੀਰ ਕਿਉਂਕਿ ਆਪਾਂ ਪਲੈਨਿੰਗ ਕਰਨੀ ਹੁੰਦੀ ਆ ਪਹਿਲਾਂ ਆਪਣੇ ਮਨ ਦੇ ਵਿੱਚ ਉਸ ਹਿਸਾਬ ਦੇ ਨਾਲ ਆਪਾਂ ਇੱਕ ਸਕੀਮ ਬਣਾ ਲੈਣੀ ਆ ਕਿ ਆਪਾਂ ਕਿੰਨਾ ਰਕਬਾ ਕਿਹੜੀ ਵੈਰੈਟੀ ਤੇ ਹੀਟ ਲਾਉਣਾ ਤੇ ਕਦੋਂ ਆਪਾਂ ਉਹਦੀ ਪਨੀਰੀ ਬੀਜਣੀ ਆ ਕਦੋਂ ਲਵਾਈ ਕਰਨੀ ਆ ਜਾਂ ਸਿੱਧੀ ਬਿਜਾਈ ਵੀ ਕਰਨੀ ਚਾਹੁੰਦੇ ਆ ਤਾਂ ਆਪਾਂ ਕਦੋਂ ਉਹਦੀ ਸਿੱਧੀ ਬਿਜਾਈ ਕਰਨੀ ਆ ਇਹ ਨਾਲ ਦੀ ਨਾਲ ਆਪਾਂ ਨੂੰ ਜਿਹੜਾ ਪੂਰਾ ਧਿਆਨ ਦੇ ਵਿੱਚ ਨੁਕਤੇ ਹੋਣੇ ਚਾਹੀਦੇ ਆ ਤਾਂ ਹੀ ਜਿਹੜਾ ਹੈਗਾ ਆਪਾਂ ਵਧੀਆ ਝਾੜ ਘੱਟ ਖਰਚੇ ਦੇ ਨਾਲ ਘੱਟ ਇਨਪੁਟਸ ਪਾ ਕੇ ਵਧੀਆ ਕੁਆਲਿਟੀ ਤੇ ਚੰਗਾ ਝਾੜ ਲੈ ਸਕਦੇ ਆ ਸੋ ਇਸ ਵੀਡੀਓ ਦੇ ਵਿੱਚ ਆਪਾਂ PR 126 ਕਿਸਮ ਜੋ ਕਿ ਕਾਫੀ ਜ਼ਿਆਦਾ ਰਗਵੇ ਦੇ ਵਿੱਚ ਇਸ ਵਾਰ ਲੱਗਣ ਜਾ ਰਹੀ ਹੈ ਪਿਛਲੀ ਵਾਰ ਬਹੁਤ ਵਧੀਆ ਝਾੜ ਦੇ ਦਾ ਰਿਹਾ ਸਹੀ ਸਮੇਂ ਤੇ ਕਿਸਾਨ ਵੀਰਾਂ ਨੇ ਲਵਾਈ ਕੀਤੀ ਪਨੀਰੀ ਦੀ ਸਹੀ ਉਮਰ ਕਿਉਂਕਿ ਜੇ ਆਪਾਂ ਵੱਡੀ ਪਨੀਰੀ ਬੁੱਢੀ ਪਨੀਰੀ ਲਾ ਦਿੰਨੇ ਆ ਤਾਂ ਇਹਦੇ ਤਣੇ ਨੂੰ ਗੰਡਾ ਪਾ ਕੇ ਫੋੜ ਘਟ ਕਰਦੀ ਹੈ ਝਾੜ ਘਟਦਾ ਸੀਗਾ ਤੇ ਸਹੀ ਸਮੇਂ ਤੇ ਪਨੀਰੀ ਸਹੀ ਸਮੇਂ ਤੇ ਟ੍ਰਾਂਸਪਲੈਂਟਿੰਗ ਤੇ ਝਾੜ ਬੜਾ ਵਧੀਆ ਆ ਘੱਟ ਖਰਚੇ ਦੇ ਨਾਲ ਉਦੇ ਬਾਰੇ ਆਪਾਂ ਨੁਕਤੇ ਸਾਂਝੇ ਕਰਾਂਗੇ ਕਿਉਂਕਿ ਕਿਸਾਨ ਵੀਰਾਂ ਨੂੰ ਇਹ ਹੁੰਦਾ ਕਈ ਕਿਸਾਨ ਵੀਰਾਂ ਨੂੰ ਕਿ ਇਹਦੇ ਕੋਈ ਵੇਕਣ 'ਚ ਦਿੱਕਤ ਨਾ ਆਵੇ ਜਾਂ ਕੋਈ ਇਹਦੇ ਝਾੜ ਦੇ ਵਿੱਚ ਸਮੱਸਿਆ ਨਾ ਆਵੇ ਉਹਦੇ ਬਾਰੇ ਆਪਾਂ ਇੱਕ ਦੋ ਨੁਕਤੇ ਤੁਹਾਡੇ ਨਾਲ ਸਾਂਝੇ ਕਰਾਂਗੇ ਤਾਂ ਕਿ ਜਦੋਂ ਤੱਕ ਇਹਦੀ ਬਜਾਈ ਜਾਂ ਲਵਾਈ ਹੋਣੀ ਆ ਤੇ ਸਾਰੀ ਪਿਕਚਰ ਆਪਾਂ ਨੂੰ ਕਲੀਅਰ ਹੋਵੇ ਸੋ ਜਿਹੜੀ PR126 ਆ ਬਹੁਤ ਵਧੀਆ ਕਿਸਮ ਆ ਪਿਛਲੀ ਵਾਰ ਕਿਸਾਨ ਵੀਰਾਂ ਨੇ ਇਹਦਾ ਮੈਕਸਿਮਮ 95 95 ਮਣ ਤੱਕ ਵੀ ਝਾੜ ਲਿਆ 75 80 ਮਾਣ ਵਾਲੇ ਵੀ ਸੀਗੇ ਕਿਉਂਕਿ ਜਿਹੜੇ ਹਿਸਾਬ ਨਾਲ ਆਪਣਾ ਏਰੀਆ ਵਾਈਜ਼ ਆਪਣੀ ਦੇਖਭਾਲ ਜ਼ਮੀਨ ਦੇ ਹਿਸਾਬ ਹੁੰਦਾ ਤਾਂ ਉਸ ਹਿਸਾਬ ਦੇ ਨਾਲ ਹੀ ਆਪਣਾ ਝਾੜ ਆ ਜਾਂਦਾ ਸੋ ਇਹਦਾ 100 102 ਸੈਂਟੀਮੀਟਰ ਕਾਦਾ ਇੱਕ ਇਸਮ ਦਾ ਤੇ ਜੇ ਆਪਾਂ 20 ਦਿਨ ਦੀ ਪਨੀਰੀ ਲਾਉਣੇ 20 22 ਦਿਨ ਦੀ ਤਾਂ ਇਹ 100 ਦਿਨ ਦੇ ਵਿੱਚ ਪੱਕ ਜਾਂਦੀ ਹੈ ਜੇ 25 ਤੋਂ 30 ਦਿਨ ਦੀ ਪਨੀਰੀ ਹੋ ਜਾਂਦੀ ਤਾਂ ਫਿਰ 95 93 ਦਿਨਾਂ ਦੇ ਵਿੱਚ ਖੇਤ ਦੇ ਵਿੱਚ ਇਹ ਪੱਕ ਜਾਂਦੀ ਆ ਸਭ ਤੋਂ ਵੱਡਾ ਨੁਕਤਾ ਕਿਸਾਨ ਵੀਰੋ ਇਹਦਾ ਇਹ ਹੁੰਦਾ ਕਿ ਇਹਦੀ ਪਨੀਰੀ ਆ ਜਿਹੜੀ ਛੋਟੀ ਉਮਰ ਦੀ ਜਿੰਨੀ ਲੱਗੇ ਕਈ ਕਿਸਾਨ ਵੀਰਾਂ ਨੇ ਪਿਛਲੀ ਵਾਰ ਕਿਉਂਕਿ ਮੇਰੇ ਕੰਟੈਕਟ ਚ ਕਾਫੀ ਕਿਸਾਨ ਵੀਰ ਹੈਗੇ 18 20 ਦਿਨ ਦੀ ਪਨੀਰੀ ਲਾਈ 22 ਦਿਨ ਦੀ ਪਨੀਰੀ ਲਾਈ 25 ਦਿਨ ਦੀ ਪਨੀਰੀ ਲਾਈ ਕਈ ਕਿਸਾਨ ਵੀਰਾਂ ਦੀ 30 ਦਿਨ ਦੀ ਵੀ ਹੋ ਗਈ ਸੀ ਜਿੰਨੀ ਛੋਟੀ ਪਨੀਰੀ ਲਾਉਂਗੇ ਉੰਨੀ ਇਹਨੂੰ ਫੋਟ ਵਾਸਤੇ ਜ਼ਿਆਦਾ ਸਮਾਂ ਮਿਲੂਗਾ ਤੇ ਉਨਾ ਹੀ ਇਹਦਾ ਝਾੜ ਵਧੀਆ ਰਹੂਗਾ ਤੇ ਪਨੀਰੀ ਜਿਹੜੀ ਹੈਗੀ ਕਈ ਕਿਸਾਨ ਵੀਰਾਂ ਨੂੰ ਆਇਆ ਹੁੰਦਾ ਕਿ ਘੱਟ ਦਿਨਾਂ 'ਚ ਤਿਆਰ ਨਹੀਂ ਹੋਣੀ 20 ਦਿਨ 'ਚ ਬੜੀ ਵਧੀਆ ਤਰੀਕੇ ਦੇ ਨਾਲ ਆਪਾਂ ਜਿਹੜੀ ਪਨੀਰੀ ਇਹਦੀ ਤਿਆਰ ਕਰ ਸਕਦੇ ਹਾਂ ਉਹਦੇ ਬਾਰੇ ਆਪਾਂ ਆਉਣ ਵਾਲੇ ਸਮੇਂ 'ਚ ਵੀਡੀਓ ਵੀ ਸਾਂਝੀ ਕਰਾਂਗੇ ਕਿ ਪਨੀਰੀ ਆਪਾਂ ਦਿਨਾਂ ਦੇ ਵਿੱਚ ਕਿਸ ਤਰ੍ਹਾਂ تیار ਕਰ ਸਕਦੇ ਆ ਸਹੀ ਜਿਹੜੇ ਹੈਗੇ ਆ ਆਪਾਂ ਇਨਪੁਟਸ ਪਾ ਕੇ ਕੋਈ ਬਾਦੂ ਕੋਈ ਆਪਾਂ ਚੂਰਨ ਮਸਾਲਾ ਨਹੀਂ ਪਾਉਣਾ ਸਹੀ ਇਨਪੁਟਸ ਪਾ ਕੇ 18 20 22 ਦਿਨ ਦੇ ਵਿੱਚ ਪਨੀਰੀ ਬਹੁਤ ਸੋਹਣੀ ਜੀ ਤਿਆਰ ਹੋ ਜਾਂਦੀ ਆ ਚੰਗੇ ਝਾੜ ਤੇ ਕੁਆਲਟੀ ਵਾਸਤੇ ਸਭ ਤੋਂ ਵੱਡਾ ਨੁਕਤਾ ਕਿਸਾਨ ਵੀਰੋ ਇਹ ਹੈ ਕਿ ਆਪਾਂ ਇਹਨੂੰ ਅਗੇਤਾ ਲਾਉਣ ਦੀ ਕੋਸ਼ਿਸ਼ ਨਹੀਂ ਕਰਨੀ ਜੇ ਆਪਾਂ ਅਗੇਤਾ ਲਾਵਾਂਗੇ ਤਾਂ ਉੱਚ ਤਾ ਮੰਚ ਇਹਦਾ ਪਕਾਊਗਾ ਇਹਦਾ ਚੌਲ ਕਮਜ਼ੋਰ ਹੋਊਗਾ ਟੋਟਾ ਵਧੂਗਾ ਫੇਰ ਜਿਹੜਾ ਹੈਗਾ ਮਿਲਿੰਗ ਦੇ ਵਿੱਚ ਮਿਲ ਵਾਲਿਆਂ ਨੂੰ ਇਹਦੀ ਸਮੱਸਿਆ ਆਉਂਦੀ ਆ ਫੇਰ ਜਿਹੜਾ ਹੈਗਾ ਆਪਾਂ ਨੂੰ ਦਿੱਕਤ ਆਉਂਦੀ ਆ ਜੇ ਆਪਾਂ ਇਹਨੂੰ ਇਹਦੀ ਪਨੀਰੀ ਆ ਤੁਸੀਂ ਘਟੋ ਘੱਟ 18 20 ਜੂਨ ਤੋਂ ਲਾਉਣੀ ਸ਼ੁਰੂ ਕਰੋ ਪੀਜਣੀ ਸ਼ੁਰੂ ਕਰੋ 22 ਜੂਨ 25 ਜੂਨ ਤੱਕ 28 ਜੂਨ ਤੱਕ ਤੁਸੀਂ ਪਨੀਰੀ ਲਾ ਸਕਦੇ ਜੇ ਜ਼ਿਆਦਾ ਰਕਬਾ ਹੈਗਾ ਤੁਸੀਂ ਦੋ ਵਾਰ ਤਿੰਨ ਵਾਰ ਚ ਪਨੀਰੀ ਬੀਜੋ ਤਾਂ ਕਿ ਜਦੋਂ ਤੁਸੀਂ ਲਵਾਈ ਕਰਦੇ ਆ ਸਮਾਂ ਆਪਾਂ ਨੂੰ ਲੱਗ ਜਾਂਦਾ ਤੇ ਪਨੀਰੀ ਆਪਣੀ ਵੱਡੀ ਨਾ ਹੋਵੇ ਤੇ 20 ਤੋਂ 22 ਦਿਨ ਦੀ 25 ਦਿਨ ਦੀ ਪਨੀਰੀ ਉਹ ਨਹੀਂ ਮਤਲਬ 10 ਜੁਲਾਈ ਤੋਂ ਬਾਅਦ ਆਪਣੀ ਟ੍ਰਾਂਸਪਲੈਂਟਿੰਗ ਹੋਵੇ ਖੇਤ ਦੇ ਵਿੱਚ ਤਾਂ ਬਹੁਤ ਵਧੀਆ ਇਹਦੀ ਕੁਆਲਿਟੀ ਤੇ ਬਹੁਤ ਚੰਗਾ ਇਹਦਾ ਝਾੜ ਰਹਿੰਦਾ ਇੱਕ ਕੋਸ਼ਿਸ਼ ਇਹ ਕਰਨੀ ਕਿ ਆਮ ਤੌਰ ਤੇ ਕਿਸਾਨ ਵੀਰ 4 ਕਿਲੋ ਨਾਲ 5 ਕਿਲੋ ਨਾਲ ਜਿਹੜਾ ਹੈਗਾ 1 ਕਿੱਲਾ ਲਾ ਲੈਂਦੇ ਆਪਾਂ 2.5 ਕਿਲੋ ਮਰਲੇ ਦਾ ਵੀ ਪਾਉਨੇ ਆ ਦੋ ਮਰਲੇ ਆ ਨਾ ਆਪਾਂ 1 ਏਕੜ ਲਾ ਲੈਨੇ ਉਹ ਹੁੰਦਾ ਜਿਆਦਾ ਲੰਬੀ ਸਮੇਂ ਵਾਲੀ ਕਿਸਮ ਵਾਸਤੇ ਕਿਉਂਕਿ ਪੀਏਯੂ ਲੁਧਿਆਣਾ ਵੱਲੋਂ ਤਾਂ ਸਿਫਾਰਸ਼ ਇਹ ਹੀ ਕਿ 7-8 ਕਿਲੋ ਵੀ ਆਪਾਂ ਕਿੱਲੇ ਮਗਰ ਵਰਤਣਾ ਹੁੰਦਾ ਪਰ ਫਿਰ ਵੀ ਤੁਸੀਂ ਜਿਹੜੇ ਕੋਸ਼ਿਸ਼ ਇਹ ਕਰਨੀ ਕਿ ਘੱਟੋ ਘੱਟ 2.5 ਮਰਲਿਆਂ ਨਾਲ ਇਹਦਾ ਕਿੱਲਾ ਲੱਗੇ ਮਤਲਬ 6 ਕਿਲੋ ਬੀ ਦਾ ਘੱਟੋ ਘੱਟ ਹੋਵੇ ਕਿ ਦੂਜੀਆਂ ਕਿਸਮਾਂ ਵੱਧ ਸਮੇਂ ਵਾਲੀਆਂ ਕਿਸਮਾਂ ਦੇ ਮੁਕਾਬਲੇ ਇਹ ਜਿਹੜਾ ਹੈਗਾ ਥੋੜਾ ਸੰਘਣਾ ਲੱਗਣਾ ਚਾਹੀਦਾ ਸੰਗਣੀ ਦਾ ਮਤਲਬ ਇਹ ਆ ਕਿ ਜੇ ਆਪਾਂ ਸੰਗਣਾ ਲਾਵਾਂਗੇ ਤਾਂ ਇਹਨੂੰ ਇੱਕ ਤਾਂ ਜਿਹੜਾ ਹੈਗਾ ਆਪਾਂ ਨੂੰ ਖਾਦ ਬਹੁਤੀ ਜ਼ਿਆਦਾ ਨਹੀਂ ਪਾਉਣੀ ਪਊਗੀ ਕਿਉਂਕਿ ਪਹਿਲਾਂ ਬਚੌਣਾ ਵਿਰਲਾ ਲਾ ਲੈਨੇ ਫਿਰ ਆਪਾਂ ਉਹਨੂੰ ਯੂਰੀਆ ਵੱਧ ਪਾਉਂਦੇ ਰਹੇ ਨੇ ਤੇ ਆਪਾਂ ਕਹਿੰਦੇ ਨੇ ਕਿ ਯੂਰੀਆ ਇਹ ਵੈਰੈਟੀ ਜਾਂ ਕਿਸਮ ਵੱਧ ਮੰਗਦੀ ਵੱਧ ਨਹੀਂ ਮੰਗਦੀ ਹੁੰਦੀ ਆਪਾਂ ਵੱਧ ਪਾ ਲੈਨੇ ਆ ਕਿਉਂਕਿ ਆਪਾਂ ਬੂਟਿਆਂ ਦੀ ਗਿਣਤੀ ਪੂਰੀ ਨਹੀਂ ਕਰਦੇ ਸੋ ਆਪਾਂ ਜਿਹੜਾ ਹੈਗਾ ਬੂਟੇ ਪੂਰੇ ਜਿਹੜੇ ਹੈਗੇ ਆ ਤਰਕੀਬ ਦੇ ਨਾਲ ਲਾਉਣੇ ਨੇ ਬਹੁਤੀ ਵਿਰਲੀ ਨਹੀਂ ਲਾਉਣੀ ਹੈਗੀ ਫੇਰ ਆਪਾਂ ਨੂੰ ਜਿਹੜਾ ਹੈਗਾ ਢੋਈ 2 2.5 ਗੱਟੇ ਯੂਰਗਿਆ ਨਾਲ ਆਪਣਾ ਸਰ ਜਾਂਦਾ ਪोटाश ਵੀ ਜ਼ਰੂਰ ਤਰਸਾਂਹਰ ਪਾਉਣੀ ਆ ਤੇ ਫਾਸਫੋਰਸ ਆਪਾਂ ਵਾਧੂ ਪਾਈ ਹੁੰਦੀ ਹੈ ਕਣਕ ਵੇਲੇ ਜਾਂ ਆਲੂ ਵਾਲੇ ਕਿਸਾਨ ਵੀਰਾਂ ਨੇ ਪਾਈ ਹੁੰਦੀ ਜਾਂ ਮੱਕੀ ਵਾਲਿਆਂ ਨੇ ਫਾਸਫੋਰਸ ਆਪਾਂ ਵਾਧੂ ਪਾ ਦਿੰਨੇ ਆ ਨਾਈਟ੍ਰੋਜਨ ਵੀ ਪਾਉਣੇ ਆ ਪੋਟਾਸ਼ ਵਾਲਾ ਆਪਾਂ ਧਿਆਨ ਨਹੀਂ ਦੇਂਦੇ ਪੋਟਾਸ਼ ਵੀ ਕੁਆਲਿਟੀ ਬਹੁਤ ਵਧੀਆ ਕਰਦੀ ਆ ਦਾਣਾ ਭਾਰਾ ਬਣਾਉਂਦੀ ਆ ਝਾੜ ਦੇ ਵਿੱਚ ਮਦਦ ਕਰਦੀ ਫੇਰ ਆਪਾਂ ਜ਼ਿੰਕ ਲੋਹੇ ਵਾਲੀਆਂ ਜਿਹੜੀਆਂ ਸਪਰੇਆ ਫੋਟ ਵਾਲੀਆਂ 2-3 ਉਹ ਕਰ ਦਈਏ ਇਹਨੂੰ ਕੋਈ ਬਹੁਤਾ ਬਿਮਾਰੀ ਕੀੜੇ ਮਕੌੜੇ ਦੀ ਸਮੱਸਿਆ ਆਉਂਦੀ ਨਹੀਂ ਆਪਣਾ ਉਧਰੋਂ ਖਰਚਾ ਬਚ ਜਾਂਦਾ ਇੱਕ ਅੱਧੀ ਸਪਰੇਆ ਆਪਾਂ ਨੂੰ ਕਰਨੀ ਪੈਂਦੀ ਆ ਜਾਂ ਜੇ ਕੋਈ ਜਿਵੇਂ ਹੋਪਰ ਵਗੈਰਾ ਦੀ ਸਮੱਸਿਆ ਹੋਵੇ ਉਹ ਸਪਰੇਅ ਕਰਨੀ ਪੈਂਦੀ ਆ ਬਹੁਤਾ ਬਿਮਾਰੀ ਦੀ ਇਹਨੂੰ ਸਮੱਸਿਆ ਨਹੀਂ ਆਉਂਦੀ ਕੀੜੇ ਮਕੌੜੇ ਦੀ ਵੀ ਬਹੁਤੀ ਸਮੱਸਿਆ ਨਹੀਂ ਆਉਂਦੀ ਇੱਕ ਇੱਕ ਸਪਰੇਅ ਦੇ ਨਾਲ ਸਰ ਜਾਂਦਾ ਨਾਲੇ ਆਪਣੀ ਪਾਣੀ ਦੀ ਬਚਤ ਹੁੰਦੀ ਆ ਤੇ ਬੇਫਿਕਰ ਹੋਗੇ ਤੁਸੀਂ ਇਹ ਕਿਸਮ ਲਾ ਸਕਦੇ ਆ ਮੇਨ ਗੱਲ ਹੋਣੀ ਚਾਹੀਦੀ ਏ ਕਿ ਬੀਜ ਬਹੁਤ ਸਾਰੇ ਕਿਸਾਨ ਵੀਰਾਂ ਨੇ ਪਿਛਲੀ ਵਾਰ ਰੱਖ ਲਿਆ ਸੀਗਾ ਜੇ ਤੁਹਾਡੇ ਕਿਸੇ ਮਿੱਤਰ ਪਿਆਰੇ ਕੋਲੇ ਉਦੋਂ ਤੁਸੀਂ ਬੀ ਲੈ ਲਓ ਜੇ ਕਿਸੇ ਨੇ ਵਟਾਉਣਾ ਵਟਾ ਸਕਦੇ ਆ ਇੱਕ ਦੂਜੇ ਨਾਲ ਬੀਜ ਤੁਸੀਂ ਜਿਹੜਾ ਹੈਗਾ ਕਿਉਂਕਿ ਕਿਸਮਾ ਤੁਸੀਂ ਵੰਡਮਾਰਕਬਲ ਲਾਉਣਾ ਹੁੰਦਾ ਤੇ ਜੇ ਤੁਸੀਂ ਬੀਜ ਬਾਹਰੋਂ ਕਿਤੇੋਂ ਖਰੀਦਣਾ ਕੋਸ਼ਿਸ਼ ਕਰੋ ਪੀਏਯੂ ਲੁਧਿਆਣਾ ਤੋਂ ਖੇਤੀ ਵਿਗਿਆਨ ਕੇਂਦਰਾਂ ਤੋਂ ਜੇ ਹੋਰ ਕਿਸੇ ਪ੍ਰੋਡਿਊਸਰ ਤੋਂ ਲੈਣਾ ਤਾਂ ਪੱਕੇ ਬੈਲ ਤੇ ਤੁਸੀਂ ਬੀਜ ਲਓ ਕਿਉਂਕਿ ਬੀਜ ਜੇ ਚੰਗਾ ਹੋਊਗਾ ਤਾਂ ਗਾਂ ਆਪਾਂ ਸਹੀ ਕਿਸਮ ਦਾ ਬੀਜ ਮਿਲ ਗਿਆ ਤਾਂ ਚੰਗਾ ਝਾੜ ਲੈ ਸਕਦੇ ਮੇਨ ਨੁਕਤਾ ਇਹ ਲੱਖਣਾ ਕਿ ਅਗੇਤੀ ਆਪ ਆਪਣੀਰੀ ਬੀਜਣ ਤੋਂ ਅਗੇਤੀ ਦੀ ਟ੍ਰਾਂਸਪਲੈਂਟਿੰਗ ਤੋਂ ਬਚਣਾ ਹੈ ਵਿ ਜੂਨ ਦੇ ਨੇੜ ਤੇੜ ਜਾ ਕੇ ਦੀ ਆਪ ਆਪਣੀ ਦੀ ਬੀਜਣੀ ਆ ਜਾਂ ਬੀਜਣੀ ਸ਼ੁਰੂ ਕਰਨੀ ਆ ਤੇ ਉਸ ਤੋਂ ਬਾਅਦ ਜੁਲਾਈ ਦੇ ਵਿੱਚ ਇਹਨੂੰ ਟ੍ਰਾਂਸਪਲੈਂਟ ਕਰਨਾ ਉਸ ਤੋਂ ਬਾਅਦ ਮੀਂਹ ਵੀ ਸ਼ੁਰੂ ਹੋ ਜਾਂਦੇ ਆ ਤੇ ਮੌਸਮ ਵੀ ਜਿਹੜਾ ਹੈਗਾ ਵਧੀਆ ਰਹਿੰਦਾ ਘੱਟ ਖਰਚੇ ਨਾਲ ਵੱਧ ਝਾੜ ਦੇ ਨਾਲ ਹੀ ਇਹ ਕਿਸਮ ਪਿਛਲੀ ਵਾਰ ਆਪ ਹੀ ਤੁਸੀਂ ਜਿਹੜਾ ਹੈ ਨੂੰ ਦੇਖ ਪਰਖ ਲਿਆ ਸੋ ਬੇਨਤੀ ਇਹੀ ਆ ਕਿ ਇੱਕ ਦੋ ਨੁਕਤਿਆਂ ਦਾ ਖਿਆਲ ਰੱਖਣਾ ਵੀਡੀਓ ਵੱਧ ਤੋਂ ਵੱਧ ਕਿਸਾਨ ਵੀਰਾਂ ਤੱਕ ਪਹੁੰਚਾ ਦਿਓ ਤਾਂ ਕਿ ਉਦੋਂ ਤੱਕ ਜਿਹੜਾ ਕਿਸਾਨ ਵੀਰਾਂ ਸਾਰਿਆਂ ਤੱਕ ਇਹ ਮੈਸੇਜ ਪਹੁੰਚ ਜਾਏ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਮਿਹਰਬਾਨੀ